ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਤੁਹਾਡਾ? ਠੀਕ ਹੋ ਸਾਰੇ? ਬਸ ਠੀਕ ਹੀ ਚਾਹੀਦੇ ਆਪਾਂ ਨੂੰ, ਅਤੇ ਤੁਹਾਡਾ ਠੀਕ ਹੋਣਾ ਤਾਂ ਫਿਰ ਸਾਡੇ ਵਾਸਤੇ ਇੱਕ ਗਵਾਹੀ ਹੈ ਕਿ ਆਪਾਂ ਵੀ ਹੁਣ ਠੀਕ ਹੀ ਰਹਿਣਾ ਨਾ, ਅਤੇ ਨਾਲ ਦੀ ਨਾਲ ਇੱਕ ਸਹਾਰਾ ਜਿਹਾ ਵੀ ਮਿਲ ਜਾਂਦਾ ਜਦੋਂ ਆਪਣੇ ਸਾਰੇ ਠੀਕ ਹੋਣ ਤਾਂ ਫਿਰ ਆਪਾਂ ਵੀ ਠੀਕ ਹੀ ਚੱਲੀਏ। ਅਤੇ ਠੀਕ ਹੋਣਾ ਜ਼ਿੰਦਗੀ ਦੇ ਵਿੱਚ ਚੰਗੀ ਗੱਲ ਹੈ, ਚੜ੍ਹਦੀ ਕਲਾ ਦੇ ਵਿੱਚ ਰਹਿਣਾ ਬਹੁਤ ਚੰਗੀ ਗੱਲ ਹੈ। ਦੇਖੋ, ਦੁੱਖ ਤਕਲੀਫਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਜਾਂਦੀਆਂ ਨੇ, ਸੁੱਖ ਵੀ ਜਾਂਦੇ ਨੇ ਆਉਂਦੇ ਨੇ, ਦੁੱਖ ਵੀ ਆਉਂਦੇ ਨੇ ਜਾਂਦੇ ਨੇ। ਕੱਪੜੇ ਹੈ ਨਾ, ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਕੱਪੜਿਆਂ ਵਾਂਗ ਕਦੀ ਪਾ ਲੈ ਉਹ ਉਤਾਰ ਲੈ ਫਿਰ ਕਦੀ ਉਹ ਪਾ ਲੈ। ਸੋ ਜ਼ਿੰਦਗੀ ਦੇ ਦੁੱਖ ਸੁੱਖ ਦੇ ਵਿੱਚੋਂ ਨਿਕਲਦੇ ਆ ਨਾ, ਇੱਕ ਮੈਨੂੰ ਲੇਖ ਪੰਜਾਬੀ ਦਾ ਐਸੇ, ਪੰਜਾਬੀ ਦੇ ਵਿੱਚ ਐਸੇ ਬਹੁਤ ਸੋਹਣੇ ਲਿਖੇ ਗਏ, ਮੈਨੂੰ ਨਾ ਨਰਿੰਦਰ ਸਿੰਘ ਕਪੂਰ ਹੋਣਾ ਦਾ ਇੱਕ ਲੇਖ ਯਾਦ ਆ ਗਿਆ। ਉਸ ਲੇਖ ਦਾ ਨਾਮ ਸੀ ਦੁੱਖ, ਪਰ ਮੈਨੂੰ ਇਹ ਨਹੀਂ ਸੀ ਯਾਦ ਉਹ ਕਿਹੜੀ ਕਿਤਾਬ ਦੇ ਵਿੱਚ, ਅਤੇ ਮੈਂ ਕਿਤਾਬਾਂ ਫਰੋਲੀਆਂ ਉਹਨਾਂ ਦੀਆਂ, ਨਰਿੰਦਰ ਸਿੰਘ ਕਪੂਰ ਹੋਣਾ ਦੀਆਂ ਜਿੰਨੀਆਂ ਵੀ ਕਿਤਾਬਾਂ ਮੇਰੇ ਕੋਲ ਪਈਆਂ ਨੇ। ਅਤੇ ਇੱਕ ਕਿਤਾਬ ਤਰਕ ਵੇਦ ਮੈਨੂੰ ਕਿਤਾਬ ਲੱਭ ਗਈ, ਅਤੇ ਉਹਦੇ ਵਿੱਚ ਉਹ ਲੇਖ ਵੀ ਮੈਨੂੰ ਮਿਲ ਗਿਆ ਦੁੱਖ। ਤਾਂ ਫਿਰ ਤੁਹਾਨੂੰ ਦੁਖੀ ਕਰਨ ਵਾਸਤੇ ਨਹੀਂ, ਆਪਾਂ ਰਹਿਣਾ ਤਾਂ ਆਪਾਂ ਖੁਸ਼ ਹੈ ਪਰ ਦੁੱਖਾਂ ਨੂੰ ਜਾਣਨਾ ਵੀ ਤਾਂ ਜ਼ਰੂਰੀ ਹੈ ਨਾ। ਤਾਂ ਫਿਰ ਆਓ ਅੱਜ ਦੀ ਪੋਡਕਾਸਟ ਇਸ ਲੇਖ ਦੁਆਲੇ ਹੀ ਘੁੰਮਦੇ ਹਾਂ। ਸੋ ਨਰਿੰਦਰ ਸਿੰਘ ਕਪੂਰ ਹੋਣਾ ਦੀ ਲਿਖੀ ਹੋਈ ਕਿਤਾਬ ਤਰਕ ਵੇਦ ਵਿੱਚੋਂ ਉਹਨਾਂ ਦਾ ਇੱਕ ਬਹੁਤ ਪਿਆਰਾ ਲਿਖਿਆ ਹੋਇਆ ਲੇਖ ਦੁੱਖ ਪੇਸ਼ ਕਰਦੇ ਹਾਂ ਤੁਹਾਡੀ ਆਪਣੀ ਪੋਡਕਾਸਟ ਜਤਿੰਦਰ ਗਿੱਦਾ ਸ਼ੋ, ਜਿਸ ਨੂੰ ਤੁਸੀਂ ਯੂਟਿਊਬ ਦੇ ਉੱਤੇ, ਸਪੋਟੀਫਾਈ, ਗੂਗਲ ਪੋਡਕਾਸਟ, ਐਪਲ ਪੋਡਕਾਸਟ ਜਾਂ ਫਿਰ ਤੁਸੀਂ ਐਮਾਜ਼ੋਨ ਮਿਊਜ਼ਿਕ ਅਤੇ ਆਈ ਹਰਟ ਰੇਡੀਓ 'ਤੇ ਲੱਭ ਸਕਦੇ ਹੋ। ਬਸ ਜਤਿੰਦਰ ਗਿੱਦਾ ਸ਼ੋ ਟਾਈਪ ਕਰਕੇ ਅਤੇ ਯੂਟਿਊਬ 'ਤੇ ਸਬਸਕ੍ਰਾਈਬ ਜ਼ਰੂਰ ਤੁਸੀਂ ਕਰ ਲੈਣਾ। ਚਲੀਏ ਜੀ ਫਿਰ ਅੱਗੇ, ਆਓ ਜੀ ਵੱਧਦੇ ਆਪਾਂ। ਵੀ ਦੇਖੋ, ਜ਼ਿੰਦਗੀ ਦੀਆਂ ਬਹਾਰਾਂ ਦੇ ਵਿੱਚੋਂ ਗੁਜ਼ਰਦਿਆਂ ਨਾ ਅਚਾਨਕ ਕੋਈ ਅਣਕਿਆਸੀ ਘਟਨਾ ਵਾਪਰਦੀ ਹੈ ਜਿਸ ਦੇ ਨਾਲ ਸਾਡੇ ਪੈਰਾਂ ਥੱਲਿਓਂ ਜ਼ਮੀਨ ਜੇ ਨਿਕਲ ਜਾਂਦੀ ਹੈ ਅਤੇ ਆ ਹਰੇ ਭਰੇ ਬਾਗ, ਸ਼ਮਸ਼ਾਨ ਘਾਟ ਦਿਸਣ ਲੱਗ ਪੈਂਦੇ ਨੇ। ਇਸੇ ਹੀ ਅਨੁਭਵ ਨੂੰ ਤਾਂ ਦੁੱਖ ਕਹਿੰਦੇ ਆ ਨਾ। ਦੁੱਖ ਇੱਕ ਮਾਨਸਿਕ ਸੰਕਲਪ ਹੈ ਜਿਸ ਦੇ ਨਾਲ ਸਾਡੀ ਬਾਹਰੀ ਜਗਤ ਨੂੰ ਦੇਖਣ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ, ਕਿਉਂਕਿ ਸਤਰੰਗੀ ਪੀਂਘ ਉੱਤੇ ਦੌੜਦੇ ਦੌੜਦੇ ਅਸੀਂ ਇੱਕਦਮ ਧਰਤੀ ਉੱਤੇ ਆ ਡਿੱਗਦੇ ਹਾਂ। ਭਾਵੇਂ ਕੋਈ ਦੁੱਖ ਅਜਿਹਾ ਨਹੀਂ ਜਿਹੜਾ ਸਮੇਂ ਦੇ ਬੀਤਣ ਦੇ ਨਾਲ ਮਿਟ ਨਹੀਂ ਜਾਂਦਾ, ਪਰ ਕਈ ਦੁੱਖ ਅਜਿਹੇ ਹੁੰਦੇ ਨੇ ਜਿਹੜੇ ਸਾਨੂੰ ਸਦੀਆਂ ਤੀਕ ਹੰਢਾਉਣੇ ਪੈਂਦੇ ਨੇ। ਸਰਹੰਦ ਦੀਆਂ ਕੰਧਾਂ ਦੇ ਵਿੱਚ ਚਿਣੇ ਹੋਏ ਸਾਹਿਬਜ਼ਾਦਿਆਂ ਦੇ ਮਾਸੂਮ ਚਿਹਰਿਆਂ ਉੱਤੇ ਸੰਜਮ ਅਤੇ ਸੰਤੋਖ ਦੀ ਮਿੱਠੀ ਮਿੱਠੀ ਮੁਸਕਰਾਹਟ ਦੇ ਅਰਥ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ। ਉਹਨਾਂ ਦੀ ਵਿਥਿਆ ਦੱਸਣ ਲਈ ਸਦੀਆਂ ਦਾ ਸਮਾਂ ਚਾਹੀਦਾ। ਉਹਨਾਂ ਦੇ ਕੰਧਾਂ ਵਿੱਚ ਚਿਣੇ ਜਾਣ ਦੇ ਦੁੱਖ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਵਾਲਾ ਲੇਖਕ ਜਾਂ ਕਵੀ ਅਜੇ ਪੈਦਾ ਹੀ ਨਹੀਂ ਹੋਇਆ। ਇਸ ਦੁੱਖ ਵਿੱਚੋਂ ਹੀ ਵਿਰਲਾਪ ਉਪਜਦਾ ਹੈ। ਵਿਰਲਾਪ ਦੇ ਨਾਲ ਸਾਡਾ ਮਨ ਝੁਕਦਾ, ਝੁਕਣ ਨਾਲ ਸਾਡੇ ਵਿੱਚੋਂ ਹਉਮੈ ਅਤੇ ਆਕੜ ਮਿਟਦੀ ਹੈ। ਇਹ ਮਹਾਨ ਦੁੱਖ ਭ੍ਰਿਸ਼ਟ ਹੋਈਆਂ ਆਤਮਾ ਨੂੰ ਵੀ ਸਿੱਧੇ ਰਾਹ 'ਤੇ ਲਿਆਉਂਦਾ। ਇਵੇਂ ਦੁੱਖ ਮਨੁੱਖੀ ਆਤਮਾ ਨੂੰ ਮਾਂਜਣ ਦਾ ਅਸਲ ਦੇ ਵਿੱਚ ਕਾਰਜ ਹੀ ਕਰਦਾ ਹੈ। ਦੁੱਖ ਹੀ ਗਿਆਨ ਦਾ ਪ੍ਰਮੁੱਖ ਸਰੋਤ ਹੈ। ਦੁਨੀਆਂ ਵਿੱਚ ਅਸੀਂ ਦੂਜਿਆਂ ਦੇ ਸਾਥ ਲਈ ਭਟਕਦੇ ਹਾਂ, ਇਹੀ ਭਟਕਣ ਹਮਦਰਦੀ ਦੀ ਬੁਨਿਆਦ ਹੈ। ਮਨੁੱਖੀ ਰਿਸ਼ਤਿਆਂ ਦੇ ਖੇਤਰ ਦੇ ਵਿੱਚ ਸਾਡੀ ਕਮਾਈ ਦੁੱਖਾਂ ਸਮੇਂ ਹੀ ਵੇਖਣ ਦੇ ਵਿੱਚ ਆਉਂਦੀ ਹੈ। ਇੱਕ ਵਿਧਵਾ ਨੂੰ ਆਪਣੇ ਪੈਰਾਂ ਉੱਤੇ ਖਲੋਣ ਦੇ ਵਿੱਚ ਲਗਭਗ 8 ਸਾਲ ਲੱਗ ਜਾਂਦੇ ਨੇ। ਕਈ ਵਾਰੀ ਇਹ ਵਰੇ ਉਸਦੇ ਦੁੱਖਾਂ ਦੇ ਵਰੇ ਹੁੰਦੇ ਨੇ, ਪਰ ਇਹੀ ਕਾਲ ਉਸਦੇ ਅਤਿਅੰਤ ਡੂੰਘੇ ਅਨੁਭਵਾਂ ਦਾ ਸਮਾਂ ਵੀ ਹੁੰਦਾ। ਜਿਉਂਦੇ ਰਹਿਣ ਲਈ ਸਬਰ, ਸੰਤੋਖ ਅਤੇ ਹੌਸਲਾ ਜ਼ਰੂਰੀ ਹੁੰਦੇ ਨੇ, ਪਰ ਇਹਨਾਂ ਦੀ ਪ੍ਰਾਪਤੀ
ਇਹਨਾਂ ਦੀ ਪ੍ਰਾਪਤੀ ਦੁੱਖਾਂ ਤੋਂ ਬਿਨਾਂ ਸੰਭਵ ਨਹੀਂ ਹੁੰਦੀ। ਜੇ ਤੁਸੀਂ ਸੰਸਾਰ ਵੱਲ ਤੱਕੋ ਨਾ ਤਾਂ ਸੰਸਾਰ ਦੇ ਵਿੱਚ ਵੱਡਾ ਯੋਗਦਾਨ ਦੁਖੀ ਲੋਕਾਂ ਨੇ ਪਾਇਆ। ਗੁਰੂ ਗੋਬਿੰਦ ਸਿੰਘ ਨੇ ਉਸੇ ਦਿਨ ਤਲਵਾਰ ਚੁੱਕ ਲਈ ਸੀ ਜਿਸ ਦਿਨ ਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ। ਰਾਜਾ ਰਾਮ ਮੋਹਨ ਰਾਏ ਦੀ ਭਰਜਾਈ ਨੂੰ ਜਦੋਂ ਜ਼ਬਰਦਸਤੀ ਸਤੀ ਕੀਤਾ ਗਿਆ, ਉਸ ਵੇਲੇ ਉਸਦੀ ਸੋਚ ਦੇ ਵਿੱਚ ਸਤੀ ਦੇ ਵਿਰੁੱਧ ਅੰਦੋਲਨ ਪੈਦਾ ਹੋਇਆ। ਲੈਨਨ ਦੇ ਭਰਾ ਨੂੰ ਜਦੋਂ ਜ਼ਾਰ ਸ਼ਾਹੀ ਨੇ ਮਾਰਿਆ ਤਾਂ ਲੈਨਨ ਦੇ ਮਨ ਦੇ ਵਿੱਚ ਇਨਕਲਾਬ ਨੇ ਅੰਗੜਾਈ ਲਈ। ਦੁੱਖ ਸਾਡੀ ਪ੍ਰਤਿਭਾ ਨੂੰ ਚਮਕਾਉਣ ਦਾ ਇੱਕ ਵਸੀਲਾ ਹੁੰਦੇ ਨੇ। ਸੁਖੀ ਵਿਅਕਤੀਆਂ ਨੇ ਸੰਸਾਰ ਦੇ ਵਿੱਚ ਅਯਾਸ਼ੀ ਫੈਲਾਈ ਹੈ, ਜਦੋਂ ਕਿ ਦੁੱਖਾਂ ਨੇ ਮਨੁੱਖਤਾ ਦੇ ਵਿੱਚ ਮਨੁੱਖੀ ਕਦਰਾਂ ਕੀਮਤਾਂ ਦਾ ਨਿਰਮਾਣ ਕੀਤਾ ਹੈ। ਦੁੱਖਾਂ ਨੇ ਹੀ ਸੁੱਖਾਂ ਦੇ ਅਰਥ ਨਿਰਧਾਰਿਤ ਕੀਤੇ ਨੇ। ਭੋਜਨ ਹੋਣਾ ਪਰ ਭੁੱਖ ਨਾ ਲੱਗਣੀ, ਭੁੱਖ ਹੋਣੀ ਪਰ ਭੋਜਨ ਨਾ ਹੋਣਾ ਆਦਿ ਸਰੀਰਕ ਦੁੱਖਾਂ ਦੀਆਂ ਸਰਬ ਸਾਧਾਰਨ ਉਦਾਹਰਣਾਂ ਨੇ। ਵੱਡੇ ਵਿਅਕਤੀਆਂ ਦੇ ਦੁੱਖ ਵੀ ਵੱਡੇ ਹੁੰਦੇ ਆ। ਕੋਈ ਦੁੱਖ ਅਜਿਹਾ ਨਹੀਂ ਜਿਸ ਨੂੰ ਮਨੁੱਖ ਬਰਦਾਸ਼ਤ ਨਾ ਕਰ ਸਕੇ, ਪਰ ਵੇਖਣਾ ਇਹ ਹੈ ਕਿ ਦੁੱਖ ਨਾਲ ਵਿਅਕਤੀ ਡੁੱਬਦਾ ਹੈ ਜਾਂ ਦੁੱਖ ਦੀ ਸਵਾਰੀ ਕਰਦਾ ਹੈ। ਦੇਖਣ ਵਾਲੀ ਗੱਲ ਇਹ ਹੈ। ਆਮ ਕਰਕੇ ਸਾਨੂੰ ਆਪਣੀ ਸਮੱਸਿਆ, ਦੁੱਖ ਅਤੇ ਦੂਜੇ ਦਾ ਦੁੱਖ ਇੱਕ ਸਮੱਸਿਆ ਹੀ ਪ੍ਰਤੀਤ ਹੁੰਦੀ ਹੈ। ਜੇਕਰ ਅਸੀਂ ਨਾ ਸਾਰੇ ਆਪਣੇ ਆਪਣੇ ਦੁੱਖਾਂ ਨੂੰ ਇੱਕ ਥਾਂ ਇਕੱਠੇ ਕਰ ਦਈਏ ਅਤੇ ਸਭ ਨੂੰ ਬਰਾਬਰ ਵੰਡਣ ਦਾ ਯਤਨ ਕਰੀਏ ਤਾਂ ਲਗਭਗ ਸਾਰੇ ਆਪਣੇ ਆਪਣੇ ਦੁੱਖ ਵਾਪਸ ਲੈ ਕੇ ਖੁਸ਼ ਹੋ ਜਾਣਗੇ। ਮਨੋਵਿਗਿਆਨਕ ਤੌਰ ਉੱਤੇ ਦੂਜਿਆਂ ਦੇ ਪ੍ਰਤੱਖ ਦੁੱਖ ਸਾਨੂੰ ਆਪਣੇ ਦੁੱਖ ਬਰਦਾਸ਼ਤ ਕਰਨ ਦੇ ਵਿੱਚ ਸਹਾਈ ਹੁੰਦੇ ਨੇ। ਮਹਾਨ ਦੁੱਖਾਂ ਦੇ ਵਿੱਚ ਮਹਾਨ ਨਾਇਕ ਸਿਰਜਣ ਦੀ ਸਮਰੱਥਾ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਦੁੱਖਮਈ ਸਥਿਤੀਆਂ ਦੇ ਵਿੱਚੋਂ ਉਪਜੀ ਇੱਕ ਸ਼ਾਂਤ ਨਾਇਕ ਆਤਮਾ ਸਨ। ਡੁੱਬ ਰਹੇ ਬੱਚਿਆਂ ਨੂੰ ਬਚਾਉਂਦਾ ਜਦੋਂ ਇੱਕ ਸਧਾਰਨ ਵਿਅਕਤੀ ਆਪ ਡੁੱਬ ਜਾਂਦਾ ਹੈ ਤਾਂ ਉਹ ਕਰਤੱਵ, ਤਿਆਗ ਅਤੇ ਕੁਰਬਾਨੀ ਦੀਆਂ ਨਵੀਆਂ ਸਿਖਰਾਂ 'ਚ ਹੋ ਜਾਂਦਾ। ਦੁੱਖ ਤਾਂ ਸਿਰਜਣਾਤਮਕ ਸ਼ਕਤੀ ਦਾ ਸਰੋਤ ਹੁੰਦੇ ਨੇ। ਦੁੱਖਾਂ ਵਿੱਚ ਮਨੁੱਖ ਦੀ ਅਸਲੀ ਧਾਤ ਪਛਾਣੀ ਜਾਂਦੀ ਹੈ। ਪੋਰਸ ਵੱਲੋਂ ਸਿਕੰਦਰ ਨੂੰ ਦਿੱਤਾ ਜਵਾਬ ਦੁੱਖ ਦੀ ਕੁੱਖ ਵਿੱਚੋਂ ਸੂਰਜ ਵਾਂਗ ਉਗਮਿਆ। ਇੱਕ ਅਜਿਹਾ ਵਾਕ ਸੀ ਜਿਸ ਨੇ ਜਿੱਤੇ ਹੋਏ ਸਿਕੰਦਰ ਦੇ ਮੁਕਾਬਲੇ ਹਾਰੇ ਹੋਏ ਪੋਰਸ ਨੂੰ ਮਹਾਨ ਬਣਾ ਦਿੱਤਾ। ਅੱਛਾ, ਭਾਰਤ ਦੇ ਇਤਿਹਾਸ ਵਿੱਚ ਕੇਵਲ ਸਿਕੰਦਰ ਅਜਿਹਾ ਹੈ ਜਿਹੜਾ ਭਾਰਤ ਉੱਤੇ ਹਮਲਾਵਰ ਹੋਣ ਦੇ ਬਾਵਜੂਦ ਭਾਰਤੀਆਂ ਦੇ ਸਤਿਕਾਰ ਦਾ ਪਾਤਰ ਹੈ, ਕਿਉਂਕਿ ਉਸਨੇ ਪੋਰਸ ਦੇ ਦੁੱਖ ਨੂੰ ਸਮਝਿਆ ਸੀ। ਦੁੱਖ ਬਰਦਾਸ਼ਤ ਕਰਨ ਦੇ ਨਾਲ ਸਾਡੀ ਦੁੱਖ ਬਰਦਾਸ਼ਤ ਕਰਨ ਦੀ ਸਮਰੱਥਾ ਵੱਧਦੀ ਹੈ। ਦੁੱਖਾਂ ਦੇ ਬਰਦਾਸ਼ਤ ਕੀਤੇ ਜਾਣ ਨੂੰ ਨੇਮਬੱਧ ਕਰਨ ਲਈ ਮਨੁੱਖ ਨੇ ਕਈ ਰਸਮਾਂ, ਰੀਤਾਂ ਅਤੇ ਵਿਧੀਆਂ ਦਾ ਨਿਰਮਾਣ ਵੀ ਕੀਤਾ। ਕਿਹਾ ਜਾਂਦਾ ਹੈ ਕਿ ਦੁੱਖ ਇਕੱਲੇ ਨਹੀਂ ਆਉਂਦੇ, ਪਰ ਇਹ ਵੀ ਕਿਹਾ ਜਾਂਦਾ ਹੈ ਕਿ ਪੱਤਝੜ ਮਗਰੋਂ ਬਹਾਰ ਨੇ ਆਉਣਾ ਹੀ ਆਉਣਾ ਹੈ। ਅਰਥਾਤ ਦੁੱਖ ਸੁੱਖ ਇੱਕ ਦੂਜੇ ਦੇ ਨਾਲ ਲੁਕਣ ਮੀਚੀ ਖੇਡਦੇ ਰਹਿੰਦੇ ਨੇ। ਸਵੈ ਵਿਰੋਧੀ ਸ਼ਕਤੀਆਂ ਜ਼ਿੰਦਗੀ ਨੂੰ ਚੱਲਦੇ ਰੱਖਣ ਦੇ ਵਿੱਚ ਸਹਾਈ ਹੁੰਦੀਆਂ ਨੇ। ਜਿਵੇਂ ਅੰਤਾਂ ਦੀ ਖੁਸ਼ੀ ਸ਼ਬਦਾਂ ਦੇ ਵਿੱਚ ਨਹੀਂ ਪ੍ਰਗਟਾਈ ਜਾ ਸਕਦੀ, ਇਵੇਂ ਹੀ ਅੰਤਾਂ ਦੇ ਦੁੱਖ ਸਮੇਂ ਸਧਾਰਨ ਬੋਲੀ ਨੂੰ ਆਪਣੇ ਪ੍ਰਗਟਾਵੇ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ। ਦੂਜਿਆਂ ਦੇ ਦੁੱਖੜੇ ਸੁਣ ਕੇ ਨਾ ਸਾਨੂੰ ਇੱਕ ਵਿਸ਼ੇਸ਼ ਪ੍ਰਕਾਰ ਦੀ ਢਾਰਸ ਜੀ ਵੀ ਮਿਲਦੀ ਹੈ। ਕਿਸੇ ਦਾ ਬੱਚਾ ਡੁੱਬ ਕੇ ਮਰਨ ਦੀ ਖਬਰ ਦੇ ਨਾਲ
ਸਾਨੂੰ ਆਪਣੇ ਬੱਚੇ ਵਧੇਰੇ ਪਿਆਰੇ ਲੱਗਣ ਲੱਗ ਪੈਂਦੇ। ਕਿਸੇ ਵਿਧਵਾ ਨੂੰ ਵੇਖ ਕੇ ਆਪਣਾ ਪਤੀ ਵਧੇਰੇ ਚੰਗਾ ਚੰਗਾ ਲੱਗਣ ਲੱਗ ਪੈਂਦਾ। ਕਿਸੇ ਦੀ ਪਤਨੀ ਦੀ ਮੌਤ ਦੀ ਖਬਰ ਸੁਣ ਕੇ ਸਾਨੂੰ ਆਪਣੀ ਪਤਨੀ ਦੁਬਾਰਾ ਪ੍ਰਾਪਤ ਹੋਈ ਪ੍ਰਤੀਤ ਹੋਣ ਲੱਗ ਪੈਂਦੀ ਹੈ। ਦੁੱਖ ਨਾਲ ਮਨੁੱਖ ਦੇ ਵਿੱਚ ਕੰਮ ਕਰਨ ਲਈ ਉਤਸ਼ਾਹ ਵੀ ਪੈਦਾ ਹੁੰਦਾ ਹੈ, ਪਰ ਇਹ ਸੰਭਵ ਤਾਂ ਹੀ ਹੁੰਦਾ ਹੈ ਜੇ ਉਸ ਸਾਹਮਣੇ ਕੋਈ ਉਦੇਸ਼ ਹੋਵੇ। ਦੁੱਖ ਨੂੰ ਭੁਲਾਉਣ ਅਤੇ ਘਟਾਉਣ ਦਾ ਉੱਤਮ ਢੰਗ ਆਪਣੇ ਆਪ ਨੂੰ ਕੰਮ ਦੇ ਵਿੱਚ ਲਾਉਣਾ ਹੁੰਦਾ ਹੈ, ਅਰਥਾਤ ਮਨ ਵਿੱਚ ਪੈਦਾ ਹੋਏ ਖਾਲੀਪਨ ਨੂੰ ਕੰਮ ਦੀ ਸੰਤੁਸ਼ਟਤਾ ਦੇ ਨਾਲ ਭਰਨਾ ਹੈ। ਕੰਮ ਕਰੋ, ਦੁੱਖ ਭਜਾਓ। ਇੱਕ ਗਰਭਵਤੀ ਔਰਤ ਕਿਸੇ ਦੀ ਮੌਤ ਉੱਤੇ ਇਸ ਲਈ ਸਬਰ ਸੰਤੋਖ ਕਰ ਲੈਂਦੀ ਹੈ ਕਿਉਂਕਿ ਉਸਨੂੰ ਆਪਣਾ ਆਪ ਭਰਿਆ ਭਰਿਆ ਲੱਗਦਾ। ਦੁੱਖ ਸਮੇਂ ਸਾਡਾ ਵਰਤਾਰਾ, ਸਾਡੀ ਸ਼ਖਸੀਅਤ ਦੀ ਕਿਸਮ, ਇਹ ਪੱਧਰ, ਇਹ ਡੂੰਘਾਈ ਅਤੇ ਵਿਸ਼ਾਲਤਾ ਨੂੰ ਨਿਰਧਾਰਿਤ ਕਰਦਾ। ਦੁੱਖ ਵਿੱਚ ਅਚਾਨਕ ਇਕੱਲੇ ਰਹਿ ਜਾਣ ਦਾ ਅਨੁਭਵ ਹੁੰਦਾ। ਇਵੇਂ ਦੁੱਖ ਵਿੱਚ ਅਸੀਂ ਆਪਣੇ ਆਪ ਨੂੰ ਮਿਲਦੇ ਹਾਂ। ਇਸੇ ਸਮੇਂ ਸਾਡੀ ਸ਼ਖਸੀਅਤ ਦੇ ਕਈ ਟੁੱਟੇ ਹੋਏ ਟਿੱਬੇ ਪੱਧਰੇ ਹੋ ਜਾਂਦੇ ਨੇ। ਦੁੱਖ ਵਿੱਚ ਅਸੀਂ ਸਾਰੇ ਸਾਊ ਅਤੇ ਸੱਭਿਅਕ ਭਾਸ਼ਾ ਬੋਲਦੇ ਹਾਂ ਅਤੇ ਆਪਣੀ ਪਦਵੀ, ਆਮਦਨ ਜਾਂ ਗਿਆਨ ਦੇ ਆਧਾਰ 'ਤੇ ਨਹੀਂ, ਮਨੁੱਖਤਾ ਦੀ ਪੱਧਰ ਉੱਤੇ ਇੱਕ ਦੂਜੇ ਦੇ ਨਾਲ ਵਿਚਰਦੇ ਹਾਂ। ਇਹਨਾਂ ਪਲਾਂ ਦੇ ਵਿੱਚ ਸਾਨੂੰ ਗਿਆਨ ਹੋ ਜਾਂਦਾ ਹੈ ਕਿ ਮਨੁੱਖ ਦੀ ਹੋਣੀ ਵਿੱਚ ਅੰਤ ਨੂੰ ਦੁੱਖ ਹੀ ਹੈ, ਦੁੱਖ ਹੀ ਹੈ। ਦੁੱਖ ਇੱਕ ਸਦੀਵੀ ਅਤੇ ਸਰਬ ਵਿਆਪਕ ਅਨੁਭਵ ਹੈ, ਜਦੋਂ ਕਿ ਸੁੱਖ ਇਹ ਤਾਂ ਛਿੰਨ ਭੰਗੜ ਦਾ ਭੁਲੇਖਾ ਬਣ ਕੇ ਰਹਿ ਜਾਂਦਾ ਹੈ। ਦੁੱਖ ਵਿੱਚ ਰੋਣ ਨਾਲ ਸਾਡੀ ਰੂਹ ਧੋਤੀ ਜਾਂਦੀ ਹੈ ਅਤੇ ਅਸੀਂ ਸਭ ਪ੍ਰਕਾਰ ਦੀ ਮਿਲਾਵਟ ਅਤੇ ਖੋਟ ਤੋਂ ਮੁਕਤ ਹੋ ਜਾਂਦੇ। ਦੁੱਖ ਦੇ ਵਿੱਚ ਛੋਟੀ ਤੋਂ ਛੋਟੀ ਆਸ ਵੀ ਸੂਰਜ ਦਾ ਦਰਜਾ ਰੱਖਦੀ ਹੈ। ਗੁੱਸਾ ਦੁੱਖ ਦਾ ਵਿਗੜਿਆ ਰੂਪ ਹੁੰਦਾ। ਦੁੱਖ ਸਾਨੂੰ ਦੂਜਿਆਂ ਦੇ ਨਾਲ ਜੋੜਦਾ ਹੈ, ਜਦੋਂ ਕਿ ਗੁੱਸਾ ਇਹ ਤਾਂ ਤੋੜਦਾ। ਇਹ ਦੁੱਖ ਦੀ ਪੱਧਰ ਅਤੇ ਸਾਡੀ ਸ਼ਖਸੀਅਤ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਦੁੱਖ ਦੇਣ ਵਾਲੇ ਨੂੰ ਤਬਾਹ ਕਰਨ ਦੇ ਮਨਸੂਬੇ ਬਣਾਉਂਦੇ ਹਾਂ ਕਿ ਉਸਨੂੰ ਮੁਆਫ ਕਰ ਦਿੰਦੇ। ਅਸੀਂ ਸਾਰੇ ਇਸ ਭਰਮ ਦਾ ਸ਼ਿਕਾਰ ਹਾਂ ਕਿ ਸਾਡੇ ਦੁੱਖਾਂ ਜਿਹਾ ਕੋਈ ਦੁੱਖ ਨਹੀਂ। ਸੱਚ ਤਾਂ ਇਹ ਹੈ ਕਿ ਸਾਡੇ ਨੈਣ ਨਕਸ਼ਾਂ ਵਾਂਗ ਸਾਡੇ ਦੁੱਖਾਂ ਦੀ ਵੀ ਆਪਣੀ ਹੀ ਨਵੇਕਲੀ ਅਤੇ ਨਿੱਜੀ ਕਿਸਮ ਹੁੰਦੀ। ਸਭ ਤੋਂ ਵਧੇਰੇ ਅਸਹਿ ਦੁੱਖ ਅਕ੍ਰਿਤ ਘਣਤਾ ਵਿੱਚੋਂ ਜਨਮਦੇ ਨੇ। ਬੇਵਫਾਈ, ਖੁਦਕੁਸ਼ੀ, ਤਲਾਕ ਆਦਿ ਅਕ੍ਰਿਤ ਘਣਤਾ ਦੀਆਂ ਉਦਾਹਰਣਾਂ ਨੇ। ਰੱਬ ਨੇ ਜਿਸਨੂੰ ਮਹਾਨ ਬਣਾਉਣਾ ਹੁੰਦਾ ਹੈ ਉਸਨੂੰ ਪਹਿਲਾਂ ਉਹ ਆਪ ਦੁੱਖਾਂ ਵਿੱਚੋਂ ਲੰਘਾ ਕੇ ਪਰਖਦਾ ਹੈ। ਦੁਸ਼ਮਣਾਂ ਦੇ ਪੱਥਰ ਅਸੀਂ ਖਿੜੇ ਮੱਥੇ ਬਰਦਾਸ਼ਤ ਕਰ ਲੈਂਦੇ, ਪਰ ਸੱਜਣਾਂ ਦੇ ਫੁੱਲ ਲੱਗਣ ਨਾਲ ਵੀ ਮਨਸੂਰ ਵਾਂਗ ਸਾਡੀ ਰੂਹ ਅੰਬਰਾਂ ਤੱਕ ਕੁਰਲਾ ਉੱਠਦੀ। ਆਪਣੇ ਆਪਣੇ ਦੁੱਖਾਂ ਦੀਆਂ ਗੱਲਾਂ ਕਰਦਿਆਂ ਭਾਵੇਂ ਦੁੱਖ ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ, ਪਰ ਬਹੁਤ ਸਾਰੇ ਵਿਅਕਤੀ ਇੱਕ ਥਾਂ ਇਕੱਠੇ ਹੋ ਕੇ ਆਪਣੇ ਆਪਣੇ ਦੁੱਖਾਂ ਦੀਆਂ ਗੱਲਾਂ ਕਰਕੇ ਇਹ ਭਾਵ ਉਸਾਰਦੇ ਨੇ ਕਿ ਸਾਰੇ ਹੀ ਦੁਖੀ ਨੇ। ਸੋ ਦੁੱਖ ਨੂੰ ਬਰਦਾਸ਼ਤ ਹੀ ਕਰਨਾ ਚਾਹੀਦਾ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਨੂੰ ਦੁੱਖਮਈ ਸਥਿਤੀਆਂ ਦਾ ਵਧੇਰੇ ਸਾਹਮਣਾ ਕਰਨਾ ਪੈਂਦਾ। ਇਸ ਲਈ ਉਹ ਪਿਆਰ, ਸਨੇਹ ਅਤੇ ਹਮਦਰਦੀ ਦੀਆਂ ਪ੍ਰਤੀਕ ਨੇ ਅਤੇ ਉਹ ਇਹਨਾਂ ਭਾਵਾਂ ਨੂੰ ਵਧੇਰੇ ਨਿਪੁੰਨਤਾ ਦੇ ਨਾਲ ਪ੍ਰਗਟਾਉਂਦੀਆਂ ਵੀ ਨੇ। ਬਈ ਮੁੱਕਦੀ ਗੱਲ, ਦੁੱਖ ਜੀਵਨ ਦਾ ਇੱਕ ਸੁਭਾਵਿਕ ਅਨੁਭਵ ਹੈ। ਇਸ ਤੋਂ ਬਚਣ ਦੀ ਥਾਂ ਇਸ ਨੂੰ ਹੰਢਾਉਣ ਦਾ ਜਿਗਰਾ ਅਤੇ ਹੌਂਸਲਾ ਉਸਾਰਨਾ ਚਾਹੀਦਾ ਅਤੇ ਇਸ ਰਾਹੀਂ ਆਪਣੇ ਵਿੱਚ ਇਨਸਾਨੀ ਗੁਣਾਂ ਨੂੰ ਅਪਜਾਉਣਾ ਚਾਹੀਦਾ। ਸੋ ਲਓ ਜੀ ਦੋਸਤੋ, ਇਹ ਸੀ
ਦੁੱਖਾਂ ਦੀ ਕਹਾਣੀ ਨਰਿੰਦਰ ਸਿੰਘ ਕਪੂਰ ਹੋਣਾ ਦੀ ਕਿਤਾਬ ਦੇ ਵਿੱਚੋਂ, ਤਰਕ ਵੇਦ ਕਿਤਾਬ ਦੇ ਵਿੱਚੋਂ ਉਹਨਾਂ ਦਾ ਲਿਖਿਆ ਹੋਇਆ ਲੇਖ ਦੁੱਖ। ਸੋ ਇਹਨਾਂ ਦੁੱਖਾਂ ਨੂੰ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਇਸੇ ਤਰ੍ਹਾਂ ਹੀ ਜਰ ਲੈਣਾ ਅਤੇ ਅਗਾਂਹ ਹੋਰ ਤਕੜੇ ਹੋ ਜਾਣਾ। ਆਉਣ ਦਿਓ ਹੋਰ ਦੁੱਖ, ਫਿਰ ਦੇਖੀ ਜਾਓ, ਆਹ ਦੁੱਖ ਹੰਢਾ ਲਈਏ, ਫਿਰ ਜਦੋਂ ਅਗਲੇ ਦੁੱਖ ਆਉਣਗੇ ਤਾਂ ਫਿਰ ਸ਼ਾਇਦ ਉਹ ਦੁੱਖ ਸਾਨੂੰ ਇਸ ਤੋਂ ਵੀ ਛੋਟੇ ਲੱਗਣ। ਕੀ ਖਿਆਲ ਹੈ? ਮੈਨੂੰ ਪਤਾ ਆਪ ਸਭ, ਅਸੀਂ ਸਭ ਚੜ੍ਹਦੀ ਕਲਾ ਵਾਲੇ ਲੋਕ ਹਾਂ ਅਤੇ ਕੈਨੇਡਾ ਦੇ ਵਿੱਚ, ਇਸ ਮੁਲਕ ਦੇ ਵਿੱਚ ਅਸੀਂ ਆਪਣੀਆਂ ਤਰੱਕੀਆਂ ਇਹਨਾਂ ਦੁੱਖਾਂ ਸੁੱਖਾਂ ਨੂੰ ਹੰਢਾਉਂਦਿਆਂ ਨੇ ਕੀਤੀਆਂ ਨੇ, ਕਰਨੀਆਂ ਨੇ ਅਤੇ ਕਰਦੇ ਰਹਾਂਗੇ ਜੀ। ਅਤੇ ਸਾਡੀ ਪੋਡਕਾਸਟ ਜਤਿੰਦਰ ਗਿੱਧਾ ਸ਼ੋਅ ਨੂੰ ਸੁਣਦੇ ਰਹਾਂਗੇ ਜੀ। ਕੀ ਖਿਆਲ ਹੈ ਜੀ? ਸੋ ਆਪਣੇ ਦੋਸਤ ਜਤਿੰਦਰ ਗਿੱਧਾ ਨੂੰ ਦਿਓ ਇੱਥੇ ਇਜਾਜ਼ਤ। ਫੀਡਬੈਕ ਵਾਸਤੇ ਸਾਡਾ ਨੰਬਰ ਉਹੀ ਹੈ ਜੀ, 416-799-9494। ਮਿਹਰਬਾਨੀ।